ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਜੀ ਤੁਹਾਡਾ ਸਾਡੇ ਚੈਨਲ 'ਤੇ ਨਵਨੀਤ ਕਿਚਨ ਵਲੌਗ 'ਤੇ। ਸੋ ਹੋਰ ਸੁਣਾਓ, ਕੀ ਹਾਲ ਚਾਲ ਆ? ਅਸੀਂ ਸਾਰੇ ਠੀਕ ਹੋ, ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਹੋਵੋਗੇ। ਸੋ ਅੱਜ ਅਸੀਂ ਬਣਾਉਣ ਲੱਗੇ ਸੀ, ਕੀ ਬਣਾਉਣ ਲੱਗੇ ਅਜੇ ਪਤਾ ਨਹੀਂ ਲੱਗਾ। ਅਸਲ 'ਚ ਨਾ ਮੈਂ ਕੜਛੀ ਲੱਭਣ ਡੀ ਹਾਂ ਛੋਟੇ ਵਾਲੀ, ਤਾਂ ਮੈਨੂੰ ਲੱਭਣ ਨਹੀਂ ਰਹੀ ਕਿਉਂਕਿ ਜਿਹੜੀ ਲੱਭਦੀ ਹੈ ਬਹੁਤੀ ਛੋਟੀ। ਚਲੋ ਛੋਟੀ ਸਹੀ, ਫਿਰ ਕੀ ਕਰਨਾ। ਅੱਜ ਅਸੀਂ ਬਣਾਉਣ ਲੱਗੇ ਹਾਂ ਜੀ ਕਸਟਰਡ। ਅਤੇ ਕਸਟਰਡ ਬਣਾਉਣ ਲਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਕਸਟਰਡ ਪਾਊਡਰ ਤਾਂ ਚਾਹੀਦਾ। ਕਸਟਰਡ ਪਾਊਡਰ ਵਨੀਲਾ ਫਲੇਵਰ ਆ ਮੇਰੇ ਕੋਲ, ਅਤੇ ਸੋ ਇੱਧਰ ਰੱਖ ਲਿਆ ਅਸੀਂ ਦੁੱਧ। ਅਤੇ ਦੁੱਧ ਜਿਹੜਾ ਆ ਔਲਰੇਡੀ ਪਹਿਲਾਂ ਹੀ ਗਰਮ ਹੋਇਆ ਆ, ਅਤੇ ਇਹਨੂੰ ਆਪਾਂ ਜਿਹੜਾ ਆ ਮਤਲਬ ਉਬਾਲਾ ਆਇਆ ਹੋਇਆ ਦੁੱਧ ਨੂੰ, ਕੱਚਾ ਹੋਏ ਤਾਂ ਹੋਰ ਵੀ ਵਧੀਆ ਕਿਉਂਕਿ ਉਹ ਫਿਰ ਮਲਾਈ ਵਗੈਰਾ ਸਾਰਾ ਕੁਛ ਵਿੱਚੇ ਹੁੰਦਾ ਅਤੇ ਉਹ ਜ਼ਿਆਦਾ ਸਵਾਦ ਬਣਦਾ, ਬਣੂਗਾ ਤਾਂ ਇੱਦਾਂ ਵੀ ਬੜਾ ਸਵਾਦ ਵੈਸੇ। ਸੋ ਅੱਜ ਅਸੀਂ ਅੱਜ ਬਣੂਗੀ ਕਸਟਰਡ, ਫਰੂਟ ਕਸਟਰਡ ਬਣਾਵਾਂਗੇ ਆਪਾਂ। ਅਤੇ ਇਹਦੇ ਲਈ ਨਾਲ ਨਾਲ ਅਸੀਂ ਫਰੂਟ ਵੀ ਕੱਟ ਲੈਣੇ ਨੇ। ਜਿਹੜੇ ਫਰੂਟਸ ਪਾਵਾਂਗੇ ਵਿੱਚ ਉਹ ਤੁਹਾਨੂੰ ਦੱਸਦੇ ਹਾਂ, ਜਿਹੜੇ ਜਿਹੜੇ ਘਰ ਅਵੇਲੇਬਲ ਹੈ ਉਹ ਅਸੀਂ ਪਾ ਲਾਂਗੇ। ਸੋ ਪਹਿਲੇ ਦੁੱਧ ਚੰਗੀ ਤਰ੍ਹਾਂ ਗਰਮ ਹੋ ਜਾਏ ਅਤੇ ਫਿਰ ਅਸੀਂ ਜਿਹੜਾ ਇਹਦੇ 'ਚ ਪਾਉਂਦੇ ਹਾਂ ਕਸਟਰਡ ਪਾਊਡਰ, ਅਤੇ ਨਾਲ ਨਾਲ ਅਸੀਂ ਹੁਣ ਫਰੂਟ ਕੱਟ ਲੈਂਦੇ ਥੋੜ੍ਹੇ ਜਿਹੇ। ਲਓ ਜੀ ਇਹਦੇ 'ਚ ਪਾਵਾਂਗੇ ਆਪਾਂ ਦੋ ਗੱਭੂ ਗੁੱਛੇ, ਪੀਅਰ ਜਿਹਨੂੰ ਕਹਿੰਦੇ, ਇੱਕ ਸੇਬ ਹਰੇ ਵਾਲਾ, ਅਤੇ ਨਾਲ ਪਾਵਾਂਗੇ ਰੈੱਡ ਵਾਲੇ ਸੇਬ ਵੀ, ਅਤੇ ਨਾਲ ਅਸੀਂ ਪਾਵਾਂਗੇ ਵਿੱਚ ਕੇਲੇ ਕਿਉਂਕਿ ਕੇਲਿਆਂ ਤੋਂ ਬਗੈਰ ਫਿਰ ਕਾਹਦਾ, ਹੈ ਨਾ। ਜਿਹੜੇ ਜਿਹੜੇ ਵੀ ਤੁਹਾਨੂੰ ਫਰੂਟਸ ਪਸੰਦ ਹੈਗੇ ਤੁਸੀਂ ਪਾ ਸਕਦੇ ਜੀ। ਲਓ ਜੀ ਚੀਨੀ ਮੈਂ ਇਹਦੇ ਵਿੱਚ ਪਾ ਦਿੱਤੀ ਆ ਆਪਣੇ ਟੇਸਟ ਮੁਤਾਬਿਕ ਜਿੰਨੀ ਕੁ ਤੁਸੀਂ ਪਾਉਣੀ ਆ। ਪਹਿਲਾਂ ਮੇਰਾ ਕੈਮਰਾ ਕਿਦਾ ਅਤੇ ਬੰਦ ਦੇ ਵਿੱਚ ਸ਼ਾਇਦ ਮੈਂ ਚੀਨੀ ਪਾ ਦਿੱਤੀ ਆ। ਹੁਣ ਆਪਾਂ ਇੱਕ ਕੌਲੀ ਲਵਾਂਗੇ, ਉਹਦੇ 'ਚ ਪਾਵਾਂਗੇ ਥੋੜ੍ਹਾ ਜਿਹਾ ਨਹੀਂ ਦੁੱਧ ਦੇ ਹਿਸਾਬ ਨਾਲ ਹੀ ਕਸਟਰਡ ਪਾਊਡਰ, ਇਹ ਪਾ ਲਾਂਗੇ। ਇਹਨੂੰ ਤੁਸੀਂ ਦੁੱਧ 'ਚ ਵੀ ਘੋਲ ਸਕਦੇ ਜੇ ਅਤੇ ਪਾਣੀ ਦੇ ਵਿੱਚ ਵੀ, ਅਤੇ ਮੈਂ ਜ਼ਿਆਦਾਤਰ ਹਮੇਸ਼ਾ ਇਹਨੂੰ ਜਿਹੜਾ ਥੋੜ੍ਹਾ ਜਿਹਾ ਪਾਣੀ ਲੈ ਕੇ ਉਹਦੇ 'ਚ ਹੀ ਘੋਲਦੀ ਹਾਂ ਕਿਉਂਕਿ ਮੈਨੂੰ ਇੰਝ ਲੱਗਦਾ ਹੁੰਦਾ ਕਈ ਵਾਰ ਜਿਸ ਤਰ੍ਹਾਂ ਨਾ ਦੁੱਧ 'ਚ ਪਾਇਆ ਇਹ ਥੋੜ੍ਹਾ ਜਿਹੜਾ ਨਾ ਕਈ ਵਾਰ ਉਹਦੇ ਲੰਬਸ ਜਿਹੇ ਬਣ ਜਾਂਦੇ ਹੈ ਨਾ, ਫੁੱਟੀਆਂ ਜਿਹੀਆਂ ਬਣ ਜਾਂਦੀਆਂ, ਅਤੇ ਮੈਂ ਇਹਨੂੰ ਜ਼ਿਆਦਾ ਜਿਹੜਾ ਪਾਣੀ 'ਚ ਹੀ ਪਾਉਂਦੀ ਹਾਂ। ਲਓ ਜੀ ਇਹਦੇ 'ਚ ਆਪਾਂ ਹੁਣ ਪਾਣੀ ਪਾਉਂਦੇ ਥੋੜ੍ਹਾ, ਤੁਸੀਂ ਦੁੱਧ ਵੀ ਪਾ ਸਕਦੇ ਜੇ, ਗਰਮ ਦੁੱਧ ਵੀ ਪਾ ਸਕਦੇ ਜੇ, ਠੰਡਾ ਵੀ ਪਾ ਸਕਦੇ, ਪਰ ਮੈਂ ਜਿਹੜਾ ਹਮੇਸ਼ਾ ਪਾਣੀ 'ਚ ਹੀ ਘੋਲਦੀ ਹਾਂ ਇਹਨੂੰ ਜ਼ਿਆਦਾਤਰ, ਅਤੇ ਉਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਹੈ ਕਿ ਇਹਦੇ 'ਚ ਕੋਈ ਜਿਹੜੀ ਆ ਗੰਢ ਜੀ ਨਾ ਰਹੇ, ਲੰਬਸ ਨਾ ਰਹਿਣ, ਚੰਗੀ ਤਰ੍ਹਾਂ ਘੋਲ ਲਓ। ਪ੍ਰੋਪਰ ਅਤੇ ਉੱਧਰ ਜਿਹੜਾ ਤੁਸੀਂ ਦੇਖ ਸਕਦੇ ਦੁੱਧ ਨੂੰ ਹੀ ਉਬਾਲਾ ਆ ਗਿਆ ਅਤੇ ਖੰਡ ਵੀ ਸਾਡੀ ਜਿਹੜੀ ਆ ਮਿਕਸ ਹੋ ਗਈ ਵਿੱਚ।
ਹਾਂਜੀ ਲਓ ਜੀ, ਹੁਣ ਆਪਾਂ ਜਿਹੜਾ ਕਸਟਰਡ ਪਾਊਡਰ ਭੁੱਲਿਆ ਸੀ ਉਹ ਆਪਾਂ ਪਾ ਦੇਣਾ ਅਤੇ ਨਾਲ ਨਾਲ ਇਹਨੂੰ ਭੁਲਾਉਂਦੇ ਜਾਣਾ, ਰੁਕਣਾ ਨਹੀਂ। ਜੇ ਤੁਸੀਂ ਰੁਕੇ ਤਾਂ ਇਹਦੀਆਂ ਗੰਢਾਂ ਬਣ ਜਾਣੀਆਂ ਅਤੇ ਬਿਲਕੁਲ ਸਵਾਦ ਨਹੀਂ ਬਣਨਾ। ਸੋ ਨਾਲ ਨਾਲ ਇਹਨੂੰ ਜਿਹੜਾ ਭੁਲਾਉਂਦੇ ਰਹੋ। ਬਣ ਗਿਆ ਸਾਡਾ ਕਸਟਰਡ, ਬਸ ਆਪਾਂ ਇਹਨੂੰ ਦੋ ਕੁ ਉਬਾਲੇ ਦਿਵਾਉਣੇ ਆ, ਪਰ ਹਿਲਾਉਂਦੇ ਰਹੋ। ਚਲੋ ਜੀ, ਇਹ ਬਣ ਗਿਆ ਬਿਲਕੁਲ, ਬਸ ਥੋੜ੍ਹਾ ਜਿਹਾ ਇਹਨੂੰ ਹੋਰ ਪਕਾ ਲਈਏ ਹਿਲਾਉਂਦੇ ਹਿਲਾਉਂਦੇ। ਪਸੀਨੋ ਪਸੀਨੀ, ਅੱਖਾਂ 'ਚ ਪੈਣ ਲੱਗਾ ਪਸੀਨਾ, ਮੂੰਹ 'ਚ ਲਾ ਜੇ। ਫਿਰ ਹੁਣ ਕੀ ਕਰਨਾ ਆ, ਇੰਨੇ ਠੰਡਾ ਹੋਣ 'ਤੇ ਨਾ ਹੋਰ ਸੰਘਣਾ ਹੋ ਜਾਂਦਾ ਜਦੋਂ ਠੰਡਾ ਹੋ ਗਿਆ। ਹੁਣ ਆਪਾਂ ਇਹਨੂੰ ਨਾ ਠੰਡਾ ਕੱਲੀ ਰੱਖ ਦੇਣਾ ਆ, ਅਤੇ ਬਾਕੀ ਅਗਲਾ ਪ੍ਰੋਸੀਜਰ ਫਿਰ ਠੰਡਾ ਹੋਣ 'ਤੇ ਵੇਖਦੇ ਹਾਂ ਕੀ ਕਰਦੇ ਹਾਂ। ਫਿਰ ਤੁਹਾਨੂੰ ਦੱਸਦੇ ਹਾਂ ਫਿਰ ਕਿੱਦਾਂ ਹੋਰ ਕਿੱਦਾਂ ਸਵਾਦ ਬਣਾਉਣਾ। ਇਹਦੇ 'ਚ ਆਪਾਂ ਡਰਾਈ ਫਰੂਟਸ ਵੀ ਪਾ ਸਕਦੇ ਹਾਂ, ਪਰ ਸਾਡੇ ਬੱਚੇ ਖਾਂਦੇ ਨਹੀਂ ਆ ਡਰਾਈ ਫਰੂਟ, ਹੈ ਨਾ, ਪਖੰਡ ਜਿਹਾ ਕਰਦੇ ਕਦੀ ਕਦੀ, ਅਤੇ ਸੋ ਬੱਚਿਆਂ ਕਰਕੇ ਨਹੀਂ ਪਾਉਣਾ। ਹੋਰ ਇਹਨੂੰ ਸਵਾਦ ਬਣਾਉਣ ਲਈ ਆਪਾਂ ਕੁਛ ਹੋਰ ਵੀ ਕਰਾਂਗੇ, ਇੱਕ ਟੈਕਨੀਕ ਹੋਰ ਯੂਜ ਕਰਾਂਗੇ। ਨਿੰਜਾ ਟੈਕਨੀਕ? ਨਿੰਜਾ ਟੈਕਨੀਕ, ਵਾਹ ਵਾਹ ਵਾਹ, ਕਿਆ ਬਾਤ ਹੈ, ਨਿੰਜਾ ਟੈਕਨੀਕ ਯੂਜ ਕਰਾਂਗੇ। ਸਾਵਲ ਕੋ ਸੁਣਦੀ ਹੁੰਦੀ, ਮੈਨੂੰ ਤਾਂ ਪਤਾ ਨਹੀਂ ਕੀ ਨਿੰਜਾ ਟੈਕਨੀਕ। ਛੋਟਾ ਹੁੰਦਾ ਬੜਾ ਬੋਲਦਾ ਹੁੰਦਾ ਸੀ ਨਾ, ਜੇ ਨਿੰਜਾ ਟੈਕਨੀਕ। ਲਓ ਜੀ, ਕਸਟਰਡ ਗਿਆ ਸਾਡਾ ਬਣ, ਹੁਣ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਹਾਂ, ਕਿਉਂਕਿ ਠੰਡਾ ਹੋਵੇ ਤਾਂ ਜ਼ਿਆਦਾ ਸਵਾਦ ਲੱਗਦਾ, ਗਰਮ ਗਰਮ ਤਾਂ ਚੰਗਾ ਨਹੀਂ ਲੱਗਦਾ। ਹਾਂਜੀ, ਲਓ ਜੀ ਬਣ ਗਿਆ। ਲਓ ਜੀ, ਇਹ ਸਾਰੇ ਫਰੂਟਸ ਕੱਟ ਲਏ ਜਿੰਨੇ ਵੀ ਹੈਗੇ ਸੀ, ਅਤੇ ਇੱਧਰ ਡਰਾਈ ਫਰੂਟ ਵੀ ਹੈਗਾ। ਡਰਾਈ ਫਰੂਟ 'ਚ ਤਾਂ ਮੈਂ ਇਕੱਲੀ ਸੌ ਹੀ ਪਾਉਂਗੀ। ਕੰਮ ਕਰ ਲਿਆ ਦੇਸੀ, ਆਪਾਂ ਨਾ ਇੱਕ ਖੁੱਲ੍ਹੀ ਪਰਾਤ ਦੇ ਵਿੱਚ ਕੱਢ ਲਿਆ, ਛੇਤੀ ਠੰਡਾ ਹੋ ਜਾਂਦਾ, ਕਿਉਂਕਿ ਗਰਮ ਵੀ ਨਹੀਂ, ਆਪਾਂ ਇਹਨੂੰ ਫਰਿੱਜ ਰੱਖਣਾ, ਥੋੜ੍ਹਾ ਠੰਡਾ ਹੋਊਗਾ ਤਾਂ ਫਿਰ ਹੀ ਰੱਖਾਂਗੇ। ਲਓ ਜੀ, ਠੰਡਾ ਹੋ ਗਿਆ ਅਤੇ ਹੁਣ ਆਪਾਂ ਇਹਦੇ 'ਚ ਪਾ ਦਿੰਦੇ ਫਰੂਟਸ। ਟੇਸਟੀ ਟੇਸਟੀ ਕਸਟਰਡ ਬਣ ਕੇ ਤਿਆਰ ਆ। ਆਓ ਜੀ, ਅਤੇ ਹੁਣ ਆਪਾਂ ਇਹਨੂੰ ਜਿਹੜਾ ਫਰਿੱਜ ਵਿੱਚ ਰੱਖ ਦਿੰਦੇ ਹਾਂ, ਹੋਰ ਵੀ ਠੰਡਾ ਹੋ ਜਾਵੇ। ਲਓ ਜੀ, ਅਸੀਂ ਸਾਡੀ ਅੱਜ ਦੀ ਰੈਸਪੀ ਮਿਲਦੇ ਹਾਂ ਜੀ ਕੱਲ੍ਹ ਨੂੰ ਕਿਸੇ ਨਵੀਂ ਰੈਸਪੀ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।